कि तुम वीडियो देख ही लिया जी सरोवर दिखाया तुम गुरद्वारा साहब का तो एक बार तुम दोबारा दिखा दें जी ये जोड़ा सरोवर है जी कि व्डा लग रहा जी थोड़ा ये जी जो अमृतसर दरबार साहब वाला सरोवर है वो तो कम से कम तीन गुना ढाई तीन गुना होगा तीन गुना व्डा है जी। हाँ जी हाँ काफ़ी व्डा सरोवर है ये तो मतलब पूरे पंजाब दे विच सब तो व्डा सरोवर होगा। हाँ एडा व्डा सरोवर नहीं होना कदे। तो होर दसो जी बारिश नहीं देख रही थी कह करके तू पाशाही दसवीं लैंडस्केप वीडियो बना लो लैंडस्केप वीडियो बना लो ये है जी तरन तारण साहिब पवित्र सरोवर दरबार साहब का भी बड़ा सरोवर कहा जाता जी है दरबार साहब अमृतसर
ਵਾਲੇ ਕੋ ਆਪਾਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਸ਼੍ਰੀ ਤਰਨ ਤਾਰਨ ਸਾਹਿਬ ਅਤੇ ਜਿੱਦਾਂ ਕਿ ਤੁਸੀਂ ਵੀਡੀਓ 'ਚ ਦੇਖ ਹੀ ਲਿਆ ਜੀ ਅਸੀਂ ਸਰੋਵਰ ਦਿਖਾਇਆ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਅਤੇ ਇੱਕ ਵਾਰੀ ਤੁਹਾਨੂੰ ਦੁਬਾਰਾ ਦਿਖਾ ਦਿੰਦੇ ਹਾਂ ਜੀ ਇਹ ਜਿਹੜਾ ਸਰੋਵਰ ਹੈ ਜੀ ਕਿੰਨਾ ਕੁ ਵੱਡਾ ਲੱਗ ਰਿਹਾ ਜੀ ਤੁਹਾਨੂੰ ਇਹ ਜੀ ਜੋ ਅੰਮ੍ਰਿਤਸਰ ਦਰਬਾਰ ਸਾਹਿਬ ਵਾਲਾ ਸਰੋਵਰ ਆ ਉਹ ਤੋਂ ਕਮ ਸੇ ਕਮ 3 ਗੁਣਾ 3 ਗੁਣਾ ਹੋਊਗਾ 3 ਗੁਣਾ ਵੱਡਾ ਹੈ ਜੀ ਹਾਂਜੀ ਹਾਂ ਕਾਫੀ ਵੱਡਾ ਸਰੋਵਰ ਆ ਇਹ ਅਤੇ ਮਤਲਬ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸਰੋਵਰ ਹੋਣਾ ਹਾਂ ਐਡਾ ਵੱਡਾ ਸਰੋਵਰ ਨਹੀਂ ਹੋਣਾ ਕਿਤੇ ਅਤੇ ਹੋਰ ਦੱਸੋ ਜੀ ਥਕਾਵਟ ਥਕੂਵਟ ਬਸ ਥਕਾਵਟ ਤਾਂ ਗਰਮੀ ਜ਼ਿਆਦਾ ਆ ਜੀ ਘੱਟੋ ਘੱਟ 32 ਡਿਗਰੀ ਟੈਂਪਰੇਚਰ ਆ ਹੁਮਸ ਬਹੁਤ ਹਾਂ ਹੁਮਸ ਜ਼ਿਆਦਾ ਆ ਪਸੀਨਾ ਬਹੁਤ ਆ ਰਿਹਾ ਆ ਕੇ ਮਜ਼ਾ ਤਾਂ ਬਹੁਤ ਆ ਰਿਹਾ ਬਦਲਵਾਈ ਹੋਈ ਆ ਮੀਂਹ ਪੈਣ ਦੇ ਅਸਾਰ ਨੇ ਹਾਂ ਮੌਸਮ ਵੀ ਥੋੜ੍ਹਾ ਜਿਹਾ ਰਸਤੇ 'ਚ ਵੀ ਸਾਨੂੰ ਮੀਂਹ ਪੈਂਦਾ ਆ ਹਾਂ ਅੱਧੇ ਰਸਤੇ 'ਚ ਮੀਂਹ ਪੈ ਰਿਹਾ ਸੀ ਬਾਕੀ ਉਹ ਸਾਹ ਸੰਗਤ ਉਰੇ ਉਹ ਗੁਰਦੁਆਰੇ ਇੱਥੇ ਦਰਬਾਰ ਸਾਹਿਬ 'ਚ ਘੱਟ ਲੱਗ ਰਹੀ ਹੈ ਪਹਿਲੇ ਨਾਲੋਂ ਹੈ ਨਾ ਵੈਸੇ ਸੰਡੇ ਕਰਕੇ ਰਸ਼ ਜ਼ਿਆਦਾ ਹੋਣਾ ਚਾਹੀਦਾ ਸੀ ਅੱਜ ਬਾਬਾ ਬੁੱਢਾ ਸਾਹਿਬ ਗੁਰਦੁਆਰੇ 'ਚ ਰਸ਼ ਕਾਫੀ ਸੀ ਉੱਥੇ ਸੰਗਤ ਜ਼ਿਆਦਾ ਸੀ ਉੱਥੇ ਤਾਂ ਬਹੁਤ ਜ਼ਿਆਦਾ ਸੀ ਇੱਥੇ ਤਾਂ ਉਹਦੇ ਨਾਲੋਂ ਇੱਕ ਗੁਣਾ ਲਾ ਲਓ ਇੰਨੀ ਸੰਗਤ ਹੈਗੀ ਆ ਮਤਲਬ 20% ਆ ਉਹਦਾ ਉਹਦੇ ਲੋਕ ਸ਼ਾਇਦ ਦਰਸ਼ਨ ਕਰਕੇ ਚਲੇ ਗਏ ਨੇ ਵੀ ਸੰਡੇ ਆ ਵੀ ਸਵੇਰੇ ਆ ਕੇ ਚਲੇ ਗਏ ਦਰਸ਼ਨ ਕਰਕੇ ਹਾਂ ਸੰਗਤ 100 ਦੇ ਵਿੱਚੋਂ ਵੀ ਸਾਹ ਲਾ ਲਓ ਵੀ 50% ਹੈਗੀ ਆ ਨਿਕਲਾ ਲਓ ਅੱਧੀ ਕੁ ਸੰਗਤ ਹੈਗੀ ਆ ਬਾਕੀ ਬਹੁਤ ਸੋਹਣਾ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਤੁਸੀਂ ਦੇਖੋ ਸਾਹਮਣੇ ਦਰਬਾਰ ਸਾਹਿਬ ਆ
बाकी जिथे गुरु घर आउंदा उत्थे फुल बूटे तो लगे ही होंदे जी, कुदरत तो होंदी होंदी है। देखो जी बहुत ही ज़्यादा बूटे वगैरह लगे हुए हैं जी, मौसम भी हो गया जी पूरा चेंज। हाँ खंडा बनया हुआ है देखो, हाँ लिखा खड़े पर चढ़ के।